ਐ ਮੇਰੀ ਭੈਣ ਹੁੰਦੀ ਏ ਆਲੂ ਮਟਰ ਪਕਾਉਂਦੀ ਏ ਤੇ ਹਾਂਡੀ ਸਾੜ ਕੇ ਬਹਿ ਜਾਂਦੀ ਏ ਤੇ ਇਹਦੀ ਮੰਮੀ ਕਹਿੰਦੀ ਅੱਜ ਫਿਰ ਸਾੜ ਦਿੱਤਾ ਕਹਿੰਦੀ ਮੰਮੀ ਕੱਲ ਸੇ ਨਹੀਂ ਹੋਗਾ ਐ ਮੇਰੇ ਪਿੰਡ ਦਾ ਸੋਹਣਾ ਸ਼ੀ ਜਵਾਨ ਏ ਜਦੋਂ ਵੀ ਮੈਂ ਕਿਹਾ ਪਾਰਕ ਦੇ ਵਿੱਚ ਆਉਂਦਾ ਤੇ ਇਹਨੂੰ ਖੁਰਕ ਪੈ ਜਾਂਦੀ ਏ ਹਮਜ਼ਾ ਸ਼ਬਾਸ ਦੇ ਅਕਾਊਂਟ 'ਚ ਕੌਣ ਜਮ੍ਹਾਂ ਕਰਵਾ ਗਿਆ ਉਸਨੇ ਖੁਦ ਹੀ ਬਲੈਕ ਮਨੀ ਕੋ ਵਾਈਕ ਕੀਆ ਹੋਇਆ ਉਧਰ ਕੇ ਬਹੁਤ ਤੇਜ਼ ਹੋ ਰਹਾ ਹੈ ਇਹੋ ਜਿਹਾ ਭਰਾ ਬੈਂਕ ਦੇ ਵਿੱਚ ਬੱਚੋਂ ਕੀ ਦੁਨੀਆ ਦੇ ਨੋਟ ਲੈ ਗਏ ਆ ਕਹਿੰਦਾ ਮੈਂ ਕਿਹਾ 20,000 ਰੁਪਏ ਜਮ੍ਹਾਂ ਕਰ ਲਓ ਉਹਨਾਂ ਨੇ ਕਿਹਾ ਇਹ ਤਾਂ ਜਾਲੀ ਨੋਟ ਨੇ ਕਹਿੰਦਾ ਤੁਹਾਨੂੰ ਕੀ ਹੈ ਮੈਂ ਤੇ ਆਪਣੇ ਅਕਾਊਂਟ 'ਚ ਜਮ੍ਹਾਂ ਕਰਾਣੇ ਨੇ ਰਜ ਰਜ ਕੇ ਖਾਓ ਰੋਟੀ ਭਾਵੇਂ ਹੋਟਲ ਹੋਵੇ ਜਾਂ ਢਾਬਾ ਹੱਸਣ ਲਈ ਹੋ ਜਾਓ ਤਿਆਰ ਕਿਉਂ ਜੇ ਆ ਗਿਆ ਤੁਹਾਡਾ ਜਾਨੂ ਬਾਬਾ ਲੋ ਨਾਜ਼ਰੀਨ ਗੱਲ ਇਸ ਤਰ੍ਹਾਂ ਹੈ ਕਿ ਹਮਜ਼ਾ ਸ਼ਹਿਬਾਜ਼ ਦੇ ਅਕਾਊਂਟ ਦੇ ਵਿੱਚੋਂ 25 ਅਰਬ ਰੁਪਏ ਬਰਾਮਦ ਹੋਏ ਨੇ ਬਲਕਿ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਤਾਂ ਪਤਾ ਨਹੀਂ ਇਹ ਪੈਸੇ ਕੌਣ ਜਮ੍ਹਾਂ ਕਰਾ ਗਿਆ ਸੀ ਤੁਸੀਂ ਇਹ ਦੱਸੋ ਕਦੇ ਨਹੀਂ ਤੁਹਾਡੇ ਅਕਾਊਂਟ ਦੇ ਵਿੱਚ ਕਿਸੇ ਨੇ 50 ਰੁਪਏ ਜਮ੍ਹਾਂ ਕਰਾਏ ਨੇ ਸਾਡੇ ਅਕਾਊਂਟ ਦੇ ਵਿੱਚ ਕੋਈ 10 ਰੁਪਏ ਵੀ ਨਹੀਂ ਜਮ੍ਹਾਂ ਕਰਾਉਂਦਾ ਆਓ ਆਵਾਮ ਨੂੰ ਪੁੱਛਦੇ ਹਾਂ ਕਿ ਲੋਕ ਇਹਦੇ ਬਾਰੇ 'ਚ ਕੀ ਕਹਿੰਦੇ ਨੇ ਅਤੇ ਫਿਰ ਆਓ ਜਾਨੂ ਬਾਬਾ ਦੇ ਨਾਲ ਇਹ ਬਤਾਏ ਕਿ ਹਮਜ਼ਾ ਸ਼ਹਿਬਾਜ਼ ਕੇ ਅਕਾਊਂਟ ਮੇ 25 ਅਰਬ ਰੁਪਏ ਕੋ ਜਮ੍ਹਾਂ ਕਰਵਾ ਗਿਆ ਜਬ ਅਦਾਲਤ ਨੇ ਉਨਸੇ ਪੁੱਛਾ ਕਿ ਆਪਕੇ ਇਤਨੇ ਪੈਸੇ ਕਹਾਂ ਸੇ ਆਏ ਹੈ ਤੋ ਉਨ੍ਹੋਨੇ ਕਹਾ ਮੁਝੇ ਤੋ ਪਤਾ ਨਹੀਂ ਆਈ ਡੋਂਟ ਨੋ ਮੇਰੇ ਅਕਾਊਂਟ ਮੇ ਪੈਸੇ ਕੌਣ ਜਮ੍ਹਾਂ ਕਰਵਾ ਗਿਆ ਹੈ ਆਪ ਕਿਆ ਕਹਤੀ ਹੈ ਮੇਰਾ ਤੋ ਖਿਆਲ ਹੈ ਕਿ ਕੋਈ ਖਲਾਈ ਮਖਲੂਕ ਆ ਗਈ ਜੋ ਉਨਕੇ ਅਕਾਊਂਟ ਮੇ ਜਮ੍ਹਾਂ ਕਰਵਾ ਦੀ ਹੈ ਇਸ ਤਰ੍ਹਾਂ ਤੋ ਹੋਤਾ ਨਹੀਂ ਹੈ ਕਿ ਆਪਕੇ ਅਕਾਊਂਟ ਹੋਰ ਆਪਕੋ ਪਤਾ ਨਾ ਚਲੇ ਕਿ ਇਹ ਪੈਸੇ ਕਹਾਂ ਸੇ ਆ ਗਏ ਹੈ ਲੋ ਨਾਜ਼ਰੀਨ ਇਹੋ ਜਿਹੀ ਮੇਰੀ ਭੈਣ ਹੁੰਦੀ ਏ ਜਿਹੜੀ ਏਟੀਐਮ ਮਸ਼ੀਨ ਦੇ ਵਿੱਚ ਕਾਰਡ ਪਾਉਂਦੀ ਏ ਤੇ ਕਾਰਡ ਨਹੀਂ ਨਿਕਲਦਾ ਤੇ ਮਸ਼ੀਨ ਨੂੰ ਠੋਡੇ ਮਾਰਨ ਲੱਗ ਪੈਂਦੀ ਏ ਇਹ ਸਾਡੇ ਨਾਲ ਬੜੀ ਪਿਆਰੀ ਭੈਣ ਮੌਜੂਦ ਏ ਇਹਨਾਂ ਕੋਲ ਪੁੱਛਣੇ ਆ ਕਿ ਹਮਜ਼ਾ ਸ਼ਹਿਬਾਜ਼ ਦੇ ਅਕਾਊਂਟ ਵਿੱਚ 25 ਅਰਬ ਰੁਪਇਆ ਕੌਣ ਜਮ੍ਹਾਂ ਕਰਵਾ ਗਿਆ ਆਓ ਇਹਨਾਂ ਦੇ ਨਾਲ ਲੱਗਦਾ ਹੈ ਕਿ ਫਰਿਸ਼ਤੇ ਆਏ ਸਨ ਤੇ ਉਹਨਾਂ ਨੇ ਬੈਂਕ ਅਕਾਊਂਟ ਦਾ ਨੰਬਰ ਪੁੱਛਿਆ ਉਹਨਾਂ ਕੋਲੋਂ ਤੇ ਜਾ ਕੇ ਪੈਸੇ ਜਮ੍ਹਾਂ ਕਰਾਤੇ ਨੇ ਇਹ ਤਰੀਕਾ ਹੋ ਸਕਦਾ ਔਰ ਤੇ ਇਸ ਤੋਂ ਇਲਾਵਾ ਕੋਈ ਹੱਲ ਨਹੀਂ ਹੈਗਾ ਕਿ 25 ਅਰਬ ਰੁਪਇਆ ਆ ਗਿਆ ਉਹਨਾਂ ਦੇ ਅਕਾਊਂਟ 'ਚ ਲਓ ਨਾਜ਼ਰੀਨ ਇਹ ਮੇਰੀ ਭੈਣ ਹੁੰਦੀ ਏ ਆਲੂ ਮਟਰ ਪਕਾਉਂਦੀ ਏ ਤੇ ਹਾਂਡੀ ਸਾੜ ਕੇ ਬਹਿ ਜਾਂਦੀ ਏ ਤੇ ਇਹਦੀ ਮੰਮੀ ਕਹਿੰਦੀ ਅੱਜ ਫਿਰ ਸਾੜ ਦਿੱਤਾ ਕਹਿੰਦੀ ਮੰਮੀ ਕੱਲ੍ਹ ਸੇ ਨਹੀਂ ਹੋਗਾ ਤੁਸੀਂ ਕੀ ਕਹਿੰਦੇ ਜੇ ਮੈਨੂੰ ਆਪ ਨਹੀਂ ਪਤਾ ਮੇਰੇ ਵੀ ਅਕਾਊਂਟ 'ਚ ਵੀ ਕਰਾ ਗਿਆ ਤੁਹਾਡੇ ਅਕਾਊਂਟ 'ਚ ਕਰਾ ਗਿਆ ਕੌਣ ਕਰਵਾ ਗਿਆ ਜਿਹੜੀ 10,25 ਰੁਪਏ ਤਾਂ ਮੇਰੇ ਲੋੜ ਲੈਂਦੀ ਸੀ ਵਾਪਸ ਕਰਾ ਗਈ ਲਓ ਨਾਜ਼ਰੀਨ ਇਹੋ ਜਿਹਾ ਬੰਦਾ ਸ਼ਰਬਤ ਵਾਲੇ ਕੋਲ ਗਿਆ ਕਹਿੰਦਾ ਜਨਾਬ ਇਹ ਗਲਾਸ ਪਿਆ ਦਿਓ ਸ਼ਰਬਤ ਵਾਲੇ ਨੇ ਕਿਹਾ ਸ਼ਰਬਤ ਦਾ ਕਹਿੰਦਾ ਨਹੀਂ ਭਾਅ ਜੀ ਮੈਨੂੰ ਸਾਦ ਦਾ ਹੀ ਪਿਆ ਦਿਓ ਮੈਂ ਸ਼ਰਬਤ ਨਹੀਂ ਪੀਣਾ ਆਓ ਅੱਗੇ ਚੱਲੀਏ ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਕੌਣ ਜਮ੍ਹਾਂ ਕਰਾ ਗਿਆ ਤੁਸੀਂ ਕੀ ਕਹਿੰਦੇ ਜੇ ਉਹ ਜੀ ਦੇਖੋ ਜੀ ਮੈਨੂੰ ਜੇ ਪਤਾ ਹੁੰਦਾ ਤਾਂ ਮੈਂ ਵੀ ਉਹਨਾਂ ਕੋਲੋਂ ਆਖ ਲੈਂਦਾ ਕਿ ਚਲੋ ਸਾਨੂੰ ਵੀ ਥੋੜ੍ਹੇ ਜਿਹੇ ਜਮ੍ਹਾਂ ਕਰਾ ਦਿਓ ਅਸੀਂ ਵੀ ਸਟੂਡੈਂਟ ਹਾਂ ਲਓ ਨਾਜ਼ਰੀਨ ਇਹ ਮੇਰੇ ਪਿੰਡ ਦਾ ਸੋਹਣਾ ਸ਼ੀ ਜਵਾਨ ਏ ਜਦੋਂ ਵੀ ਮੈਂ ਕਿਹਾ ਪਾਰਕ ਦੇ ਵਿੱਚ ਆਉਂਦਾ ਤੇ ਇਹਨੂੰ ਖੁਰਕ ਪੈ ਜਾਂਦੀ ਏ ਹਮਜ਼ਾ ਦੇ ਅਕਾਊਂਟ ਦੇ ਵਿੱਚ 25 ਅਰਬ ਰੁਪਇਆ ਕੌਣ ਜਮ੍ਹਾਂ ਕਰਵਾ ਗਿਆ ਇਹ ਕੀ ਕਹਿੰਦੀਆਂ ਨੇ ਨਹੀਂ ਜੀ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਪਤਾ ਨਹੀਂ ਉਹਨਾਂ ਪੂਰੀ ਫੈਮਿਲੀ ਸੋ ਇਨੋਸੈਂਟ ਹੈ ਵਿਚਾਰੇ ਚਲੇ ਗਏ ਲੰਡਨ ਗਰੀਬ ਲੋਕ ਅਬੋ ਕੋਈ ਡਾਲ ਦਿੱਤਾ ਕੋਈ ਚੰਦਾ ਹੋ ਗਿਆ ਕੋਈ ਫੰਡ ਰੇਜ਼ਿੰਗ ਹੋ ਗਈ ਲਾਈਕ ਦਿਸ ਠੀਕ ਹੈ ਨਾ ਪਤਾ ਨਹੀਂ ਐਸੇ ਅਕਾਊਂਟ ਹਮ ਲੋਗੋ ਕੇ ਕਿਉਂ ਨਹੀਂ ਹੋਤੇ ਪੈਸੇ ਨਹੀਂ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਜੀ ਸਾਡੇ ਕੋਲ ਜੇ ਕੋਈ ਆਨਾ ਨਹੀਂ ਜਮ੍ਹਾਂ ਕਰਾਉਂਦਾ ਜੇ ਕੋਈ ਕਰਾ ਦੇ ਤੇ ਉਹ ਵੀ ਕੱਢ ਲੈਂਦੇ ਨੇ ਘਰ ਲੈ ਮੈਂ ਗਰੀਬ ਹੂੰ ਲਓ ਨਾਜ਼ਰੀਨ ਇਹੋ ਜਿਹਾ ਬੱਚਾ ਹੁੰਦਾ ਜਦੋਂ ਅੰਡਰ ਪਾਸ ਦੇ ਥੱਲੋਂ ਮੋਟਰਸਾਈਕਲ ਲੈ ਕੇ ਲੰਘਦਾ ਤੇ ਆਪਣਾ ਸਿਰ ਨੀਵਾਂ ਕਰ ਦਿੰਦਾ ਕਿਤੇ ਬਾਜੂ ਨਾਲ ਜਾਵੇ ਹਮਜ਼ਾ ਸ਼ਬਾਸ ਦੇ ਅਕਾਊਂਟ 'ਚ ਕੌਣ ਜਮ੍ਹਾਂ ਕਰਵਾ ਗਿਆ ਉਸਨੇ ਖੁਦ ਹੀ ਬਲੈਕ ਮਨੀ ਕੋ ਵਾਈਕ ਕੀਆ ਹੋਇਆ ਉਧਰ ਕੇ ਬਹੁਤ ਤੇਜ਼ ਹੋ ਰਹਾ ਹੈ ਉਹ ਕਿਹੜੇ ਨਾਮ ਮਲੂਮ ਅਫਰਾਜ਼ ਸਨ ਜਿਹੜੇ ਪੈਸੇ ਜਮ੍ਹਾਂ ਕਰਵਾ ਗਏ
ਉਹ ਨਵਾਜ਼ ਸ਼ਰੀਫ ਹੈ। ਲਓ ਨਾਜ਼ਰੀਨ, ਇਹੋ ਜਿਹੀਆਂ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਯੱਸੂ ਪੰਜੂ ਖੇਡਦੀਆਂ ਨੇ ਤੇ ਹੱਥ ਤੇ ਚਪੇੜਾ ਨਹੀਂ ਮਾਰਦੀਆਂ, ਮੂੰਹਾਂ ਤੇ ਚਪੇੜਾ ਮਾਰੀ ਜਾਂਦੀਆਂ ਨੇ। ਆਓ ਅੱਗੇ ਚੱਲੋ। ਇਸ ਪੇ ਆਪ ਕੀ ਕਹਤੇ ਹੈਂ? ਮੈਂ ਇਸ ਮੇਂ ਕਿਆ ਕਹਿ ਸਕਤਾ ਹੂੰ ਜੀ, ਮੇਰੇ ਖਿਆਲ ਮੇਂ ਤੋ ਯੇ ਨਾਮੁਮਕਿਨ ਹੈ, ਐਸਾ ਹੋ ਨਹੀਂ ਸਕਤਾ। ਕੋਈ ਆਦਮੀ ਜਿਸਕਾ ਪਤਾ ਵੀ ਨਾ ਹੋ, ਵੋ ਉਸਕੇ ਅਕਾਊਂਟ ਮੇਂ 25 ਅਰਬ ਰੁਪਿਆ ਜਮਾ ਕਰਵਾ ਜਾਏ। ਇਹੋ ਜਿਹਾ ਮੇਰਾ ਭਰਾ ਹੁੰਦਾ ਜਿਹੜਾ ਦਫ਼ਤਰ 'ਚ ਸੁੱਤਾ ਰਹਿੰਦਾ, ਬੌਸ ਕੰਮ ਦੇ ਕੇ ਜਾਵੇ ਤਾਂ ਸੁੱਤਾ ਹੁੰਦਾ, ਦੂਜੇ ਦਿਨ ਕੰਮ ਦੇ ਕੇ ਜਾਵੇ ਤਾਂ ਸੁੱਤਾ ਹੁੰਦਾ, ਜਦੋਂ ਤਨਖਾਹ ਲੈਣ ਵਾਸਤੇ ਆਪਣੇ ਬੌਸ ਕੋਲ ਗਿਆ ਤਾਂ ਅੱਗੇ ਬੌਸ ਸੌ ਗਿਆ, ਅਤੇ ਉਹਨੇ ਕਿਹਾ ਬੌਸ ਤਨਖਾਹ ਤਾਂ ਦੇ ਦਿਓ, ਉਹਨੇ ਕਿਹਾ ਤੁਹਾਨੂੰ ਇੱਕ ਮਹੀਨਾ ਮੈਂ ਸੁੱਤੇ ਵੇਖਿਆ ਅਤੇ ਹੁਣ 10 ਮਹੀਨੇ ਮੈਨੂੰ ਵੀ ਸੁੱਤੇ ਵੇਖੋਗੇ, ਆਓ ਉੱਥੇ ਚੱਲੀਏ। ਇਹ ਕੀ ਗੱਲ ਹੋਈ? ਸਾਈ ਪਤਾ ਕਰਾ ਲੈਣਗੇ ਨਾ, ਜਿਹਨੇ ਪਿੱਛੇ ਚੜੇ ਨੇ ਪਤਾ ਕਰਾ ਲੈਣਗੇ ਆਪ ਹੀ ਨੈਬ ਵਾਲੇ। ਅੱਛਾ, ਯਾਨੀ ਤੁਹਾਡਾ ਮਤਲਬ ਹੈ ਉਹ ਸੂ ਲਾ ਲੈਣਗੇ, ਇਹ ਕਿੱਥੋਂ ਆਏ ਸਨ ਤੇ ਕਿੰਨੇ ਜਮਾ ਕਰਾਏ ਸਨ? ਜੀ ਇਹ ਜਦੋਂ ਦਾ ਖਾਨ ਹੈਗਾ ਇਨਸ਼ਾਅੱਲਾ ਇਹਨਾਂ ਨੂੰ ਛੱਡੇਗਾ ਨਹੀਂ, ਟੈਨਸ਼ਨ ਨਾ ਲਵੋ। ਸਟਾਪ ਇਟ, ਇਹਦੇ ਤੇ ਕੀ ਕਹਿੰਦੇ ਜੀ? ਇੰਜ ਤੇ ਨਹੀਂ ਹੋ ਸਕਦਾ, ਸਾਡੇ ਅਕਾਊਂਟ 'ਚ ਤਾਂ ਅਜੇ ਤੱਕ ਕੋਈ ਪੈਸੇ ਨਹੀਂ ਆਏ, ਬਲਕਿ ਲੋਕ ਕੱਢਦੇ ਹੀ ਨਹੀਂ, ਪਾਉਣ ਵਾਲਾ ਤਾਂ ਅਜੇ ਤੱਕ ਕੋਈ ਆਇਆ ਨਹੀਂ। ਯਾਨੀ ਤੁਹਾਡੇ ਅਕਾਊਂਟ 'ਚ ਕਿਸੇ ਨੇ 100-50 ਜਮਾਂ ਨਹੀਂ ਕਰਾਇਆ? ਹਾਂਜੀ ਨਾ, ਸਾਨੂੰ ਤਾਂ ਕਹਿੰਦੇ ਨੇ ਤੁਸੀਂ ਆਪਣਾ ਅਕਾਊਂਟ ਨੰਬਰ ਦਵੋ ਜਿਹੜੇ ਹੈਗੇ ਨੇ ਉਹ ਵੀ ਬਾਹਰ ਕੱਢ ਲਈਏ। ਲਓ ਨਾਜ਼ਰੀਨ, ਇਹ ਮੇਰਾ ਭਰਾ ਐਡਾ ਮਾਸੂਮ ਹੈ, ਜਲੇਬੀਆਂ ਵਾਲੇ ਕੋਲ ਗਿਆ, ਕਹਿੰਦਾ ਮੇਰੇ ਬਾਜ਼ੂ ਤੇ ਟੈਟੂ ਕੱਢ ਦਿਓ, ਅੱਗੇ ਚੱਲੀਏ। ਇਹਦੇ ਤੇ ਕੀ ਕਹਿੰਦੇ ਜੀ? ਸਰ ਸਾਡੇ ਨਾਲ ਵੀ ਇਹੋ ਜਿਹਾ ਬਾਕੀਆ ਹੋ ਜਾਏ ਤੇ ਮੈਂ ਕਿੰਨਾ ਮਜ਼ਾ ਆ ਜਾਏ, ਇਹ ਤਾਂ ਅਸੀਂ ਪਰੇਸ਼ਾਨ ਹੋ ਰਹੇ ਹਾਂ, ਕਿੰਨੇ ਭੇਜਦੇ ਅੱਲਾ ਦਾ ਐਸਾ ਕਿਹੜਾ ਨੇਕ ਬੰਦਾ ਆ ਗਿਆ ਕਿ ਜਿਹਨੇ ਭੇਜਦੇ ਨੇ। ਅਤੇ ਇਮਰਾਨ ਖਾਨ ਸਾਹਿਬ ਜੀ ਨੂੰ ਕਹਾਂਗੇ ਕਿ ਸਰ ਸਾਡੇ ਵਾਸਤੇ ਵੀ ਕੁਝ ਇਸ ਤਰ੍ਹਾਂ ਨਿਜ਼ਾਮ ਕਰੋ ਕਿ ਸਾਡੇ ਅਕਾਊਂਟ 'ਚ ਵੀ ਪੈਸੇ ਆਉਣ। ਫਿਕਰ ਨਾ ਕਰੇ। ਲਓ ਨਾਜ਼ਰੀਨ, ਇਹੋ ਜਿਹਾ ਭਰਾ ਬੈਂਕ ਦੇ ਵਿੱਚ ਬੱਚੋਂ ਕੀ ਦੁਨੀਆ ਵਾਲੇ ਨੋਟ ਲੈ ਗਏ ਆ, ਕਹਿੰਦਾ ਮੈਂ ਕਿਹਾ 20,000 ਰੁਪਏ ਜਮ੍ਹਾਂ ਕਰ ਲਓ, ਉਹਨਾਂ ਨੇ ਕਿਹਾ ਇਹ ਤਾਂ ਜਾਅਲੀ ਨੋਟ ਨੇ, ਕਹਿੰਦਾ ਤੁਹਾਨੂੰ ਕੀ ਹੈ, ਮੈਂ ਤਾਂ ਆਪਣੇ ਅਕਾਊਂਟ 'ਚ ਜਮ੍ਹਾਂ ਕਰਾਉਣੇ ਨੇ। ਹਮਜ਼ਾ ਸ਼ਹਿਬਾਜ਼ ਦੇ ਅਕਾਊਂਟ 'ਚ 25 ਅਰਬ ਨਿਕਲ ਆਏ, ਉਹਨੇ ਕਿਹਾ ਮੈਨੂੰ ਪਤਾ ਨਹੀਂ ਕੌਣ ਜਮ੍ਹਾਂ ਕਰਾ ਗਿਆ ਸੀ, ਉਹਦੇ ਤੋਂ ਤੁਸੀਂ ਕੀ ਕਹਿੰਦੇ ਜੀ? ਅਸੀਂ ਕਹਿੰਦੇ ਹਾਂ ਕਿ ਉਹਨੂੰ ਚਾਹੀਦਾ ਕਿ ਜਿਵੇਂ ਉਹਦੇ ਅਕਾਊਂਟ 'ਚ ਕਿਸੇ ਨੇ ਜਮ੍ਹਾਂ ਕਰਵਾਏ ਉਹ ਵੀ ਸਾਰਿਆਂ ਦੇ ਅਕਾਊਂਟ 'ਚ ਜਮ੍ਹਾਂ ਕਰਵਾ ਦੇਵੇ। ਵੈਸੇ ਵੀ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ, ਉੱਪਰ ਸੇ ਆਪ ਚਮਕ ਵੀ ਬੜੇ ਜ਼ਿਆਦਾ ਰਹੇ ਹੈ। ਹੁਸਨ ਹੁਸਨ ਜਵਾਨੀ। ਲਓ ਨਾਜ਼ਰੀਨ, ਇਹੋ ਜਿਹੀ ਕੁੜੀ ਹੁੰਦੀ ਹੈ ਜਿਹੜੀ ਰਾਤ ਨੂੰ ਵਾਲ ਖੋਲ ਕੇ ਕਹਿੰਦੀ ਹੈ ਈਵਲ ਡੈਥ ਦੀ ਰੂਹ ਆ ਗਈ ਜੇ। ਹਮਜ਼ਾ ਸ਼ਹਿਬਾਜ਼ ਦੇ ਅਕਾਊਂਟ ਦੇ ਵਿੱਚੋਂ 25 ਅਰਬ ਰੁਪਇਆ ਬਰਾਮਦ ਹੋ ਗਿਆ, ਉਹਨੇ ਕਿਹਾ ਪਤਾ ਨਹੀਂ ਮੇਰੇ ਅਕਾਊਂਟ ਦੇ ਵਿੱਚ ਪੈਸੇ ਕੌਣ ਜਮ੍ਹਾਂ ਕਰਾ ਕੇ ਗਿਆ ਸੀ, ਤੁਸੀਂ ਕੀ ਕਹਿੰਦੇ ਜੇ? ਮੈਂ ਕਹਿੰਦਾ ਜੀ ਆ ਮੇਰਾ ਯਾਰ ਖੜੋਤਾ, ਇਹਦੇ ਕੋਲ ਪੁੱਛ ਲਓ, ਇਹਦੇ ਕੋਲ ਬਹੁਤ ਪੈਸਾ ਹੈ। ਅੱਛਾ, ਹਾਂਜੀ ਇਹਨੇ ਸ਼ਾਇਦ ਜਮ੍ਹਾਂ ਕਰਾਇਆ, ਗਲਤੀ ਨਾ ਭੇਜਤਾ ਹੋਣਾ ਵਾ। ਤੁਹਾਡੇ ਯਾਰ ਨੇ ਭੇਜੇ ਨੇ? ਹਾਂਜੀ ਆ ਮੇਰਾ ਯਾਰ ਹੈਗਾ, ਬਿਲੀਅਨਰ ਹੈਗਾ ਵਾ। ਬਿਲੀਅਨਰ ਹੈਗਾ? ਹਾਂਜੀ। ਮੈਂ ਜੇ ਤਾਂ ਮੂੰਹ ਵੇਖ ਲੱਗਦਾ ਹੈ ਪਾਟੀ ਲਵਾਰੀ 'ਚ ਬਣਾਉਣਾ ਭੇਜੀ। ਮੈਂ ਕਿਹਾ ਤੁਸੀਂ ਭੇਜੇ ਸਨ ਹਮਜ਼ਾ ਸ਼ਰੀਫ ਦੇ ਅਕਾਊਂਟ 'ਚ ਪੈਸੇ? ਨਹੀਂ ਨਹੀਂ ਮਜ਼ਾਕ ਕਰ ਰਿਹਾ, ਤਾਂ ਤਾਇਆ ਜੀ ਨੇ ਭੇਜੇ ਹੋਣੇ ਨੇ, ਬਹੁਤ ਵੱਡਾ ਬਿਲੀਅਨਰ ਹੈ। ਉਹ ਮੇਰੀ ਤਾਂ ਜੇਬਾਂ ਖਾਲੀ, ਮੈਂ ਤੇ ਆਪ ਮੰਗਣ ਆਇਆ ਲੋੜ। ਇਹ ਦੱਸੋ ਕਿ ਹਮਜ਼ਾ ਸ਼ਹਿਬਾਜ਼ ਦੇ ਅਕਾਊਂਟ 'ਚੋਂ 25 ਅਰਬ ਨਿਕਲ ਆਏ ਨੇ ਅਤੇ ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਮੇਰੇ ਅਕਾਊਂਟ 'ਚ ਕੌਣ ਜਮ੍ਹਾਂ ਕਰਾ ਗਏ, ਤੁਸੀਂ ਕੀ ਕਹਿੰਦੇ? ਸਰ ਮੈਨੂੰ ਪਤਾ ਹੈ। ਤੁਹਾਨੂੰ ਪਤਾ? ਜੀ ਸਰ ਮੈਨੂੰ ਪਤਾ ਹੈ, ਲੇਕਿਨ ਨਾਜ਼ਰੀਨ ਨੂੰ ਪਤਾ ਹੈ, ਲੇਕਿਨ ਉਸਕੇ ਲਈ ਇੱਕ ਸ਼ਰਤ ਹੈ, ਮੈਂ ਆਪਕੋ ਤਬ ਬਤਾਉਂਗੀ। ਕੀ ਸ਼ਰਤ ਹੈ? ਸਰ ਉਸ ਕਿਤੇ ਅਰਬ ਨਿਕਲੇ ਹੈ? 25 ਅਰਬ। 25 ਮੇਂ ਸੇ ਹਾਫ ਮੁਝੇ ਦੇ ਦੇ, ਬਾਕੀ ਖੁਦ ਰੱਖ ਲੈ ਕਾਕਾ। ਲਓ ਨਾਜ਼ਰੀਨ, ਇਹੋ ਜਿਹੀ ਕੁੜੀ ਹੁੰਦੀ ਹੈ ਜਿਹੜੀ ਆਲੂ ਛਿਲਦੇ ਛਿਲਦੇ ਆਪਣੀਆਂ ਉਂਗਲਾਂ ਵੀ ਛਿਲ ਲੈਂਦੀ ਹੈ। ਅੱਛਾ ਇਹ ਦੱਸੋ, ਹਮਜ਼ਾ ਸ਼ਹਿਬਾਜ਼ ਦੇ ਅਕਾਊਂਟ 'ਚੋਂ 25 ਅਰਬ ਰੁਪਏ ਨਿਕਲ ਆਏ, ਉਹਨੇ ਕਿਹਾ ਮੈਨੂੰ ਨਹੀਂ ਪਤਾ ਇਹ ਕਿੰਨੇ ਜਮ੍ਹਾਂ ਕਰਾਏ ਸਨ, ਇਹ ਤੁਸੀਂ ਕੀ ਕਹਿੰਦੀਆਂ ਜੀ? ਸਰ ਕਿਸੇ ਨੂੰ ਦੱਸਿਆ ਹੈ ਨਾ, ਮੈਂ ਤੁਹਾਨੂੰ ਨਾਂ ਦੱਸ ਦਿੰਦੀ, ਉਹ ਪੈਸੇ ਮੈਂ ਜਮ੍ਹਾਂ ਕਰਾਏ ਨੇ। ਅੱਛਾ
ਹਮਜ਼ਾ ਸ਼ਹਿਬਾਜ਼ ਦੇ ਅਕਾਊਂਟ ਵਿੱਚੋਂ 25 ਅਰਬ ਰੁਪਏ ਮੈਂ ਕਿਹਾ ਬਰਾਮਦ ਹੋਏ ਨੇ ਅਤੇ ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਕਿਹਨੇ ਜਮ੍ਹਾਂ ਕਰਾਏ ਨੇ ਅਤੇ ਤੁਸੀਂ ਕੀ ਕਹਿੰਦੇ ਜੇ? ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਚੱਲਦਾ ਕਿ ਸਾਨੂੰ ਵੋਟ ਕਿਹਨਾਂ ਨੇ ਪਾਏ, ਕਿਹੜੇ ਫਰਿਸ਼ਤੇ ਵਾਲੇ ਪਾਏ ਨੇ, ਅਤੇ ਉਹ ਹੁਣ ਕਿਵੇਂ ਪਤਾ ਚੱਲਣਾ ਇਹਨਾਂ ਨੂੰ? ਲਓ ਨਾਜ਼ਰੀਨ, ਇਹਨਾਂ ਨੂੰ ਤੁਸੀਂ ਆਮ ਬੰਦਾ ਨਾ ਸਮਝਣਾ, ਅਸਲ 'ਚ ਇਹਨਾਂ ਦੇ ਉੱਤੇ ਮੈਂ ਕਿਹਾ ਗਾਰਡ ਡਿੱਗ ਪਿਆ ਸੀ, ਉਹਦੀ ਵਜ੍ਹਾ ਨਾਲ ਇਸ ਤਰ੍ਹਾਂ ਹੋ ਗਏ ਨੇ। ਲਓ ਨਾਜ਼ਰੀਨ, ਅੱਜ ਅਸੀਂ ਲੋਕਾਂ ਕੋਲ ਇੱਕੋ ਗੱਲ ਪੁੱਛੀ ਕਿ ਹਮਜ਼ਾ ਸ਼ਹਿਬਾਜ਼ ਦੇ ਅਕਾਊਂਟ 'ਚ 25 ਅਰਬ ਰੁਪਏ ਕਹਿੰਦੇ ਜਮ੍ਹਾਂ ਕਰਵਾਏ ਸਨ ਅਤੇ ਸਾਨੂੰ ਲੋਕਾਂ ਨੇ ਰੰਗ ਬਿਰੰਗੇ ਜਵਾਬ ਦਿੱਤੇ। ਮੈਂ ਸਿਰਫ ਇੰਨੀ ਗੱਲ ਕਹਾਂਗਾ, ਸਾਡੇ ਅਕਾਊਂਟ ਦੇ ਵਿੱਚ ਤਾਂ ਮੈਂ ਕਿਹਾ ਕਿ 100 ਰੁਪਇਆ ਜਮ੍ਹਾਂ ਨਹੀਂ ਕਰਾਉਂਦਾ, ਅੱਲਾ ਕਰੇ ਸਾਨੂੰ ਵੀ ਕੋਈ ਇਹੋ ਜਿਹਾ ਬੰਦਾ ਲੱਭ ਜਾਵੇ ਜਿਹੜਾ ਸਾਡੇ ਅਕਾਊਂਟ ਦੇ ਵਿੱਚ 25 ਅਰਬ ਨਾ ਸਹੀ, ਔਰ ਮੈਂ ਕਿਹਾ 2500 ਹੀ ਜਮ੍ਹਾਂ ਕਰਾ ਦੇ। ਅਤੇ ਮੈਂ ਕਿਹਾ ਹੁਣ ਜਾਨੂ ਬਾਬਾ ਨੂੰ ਇਜਾਜ਼ਤ ਦਿਓ ਅਤੇ ਮਸਖਰੀਆਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰ ਦੇਣਾ ਅਤੇ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਏਗੀ ਮਸਖਰੀਆਂ ਚੈਨਲ 'ਤੇ।